ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਡਾਕਟਰ ਜਗਰੂਪ ਭੰਗੂ। ਅੱਜ ਅਸੀਂ ਗੱਲ ਕਰਾਂਗੇ ਜਿਨ੍ਹਾਂ ਨੌਜਵਾਨਾਂ ਦੇ ਵਿੱਚ ਸ਼ੁਕਰਾਣੂਆਂ ਦੀ ਕਮੀ ਦੇ ਕਾਰਨ ਜਿਹੜੇ ਹੈਗੇ ਆ ਬੱਚੇ ਨਹੀਂ ਪੈਦਾ ਹੋ ਰਹੇ, ਜੇ ਬੇ ਔਲਾਦ ਦਾ ਜਿਨ੍ਹਾਂ ਨੂੰ ਦੁੱਖ ਸੰਤਾਪ ਭੋਗਣਾ ਪੈ ਰਿਹਾ ਅੱਜ ਦੇ ਸਮੇਂ ਦੇ ਵਿੱਚ। ਉਹ ਕਹਿ ਲਓ ਨੌਜਵਾਨਾਂ ਦੇ ਵਿੱਚ ਜ਼ਿਆਦਾ ਨਸ਼ਾ ਜਾਂ ਜ਼ਿਆਦਾ ਡਿਪਰੈਸ਼ਨ ਜਾਂ ਜ਼ਿਆਦਾ ਬਾਹਰਲੇ ਖਾਣੇ ਜਾਂ ਜਿਹੜੀ ਹੈਗੀ ਅੱਜ ਕੱਲ੍ਹ ਲਾਈਫ ਸਟਾਈਲ ਇੱਦਾਂ ਦਾ ਹੋ ਚੁੱਕਿਆ ਵੀ ਸਿਟਿੰਗ ਜੋਬ ਜ਼ਿਆਦਾ ਹੈਗੀਆਂ ਨੇ, ਉਹਦੇ ਕਰਕੇ ਖਾਣਾ ਪੀਣਾ ਨਹੀਂ, ਡਾਈਜੈਸ਼ਨ ਪਾਵਰ ਸਹੀ ਨਹੀਂ ਹੈਗੀ। ਉਹਦੇ ਬਾਰੇ ਦੱਸਾਂਗੇ ਵੀ ਆਪਾਂ ਕਿੱਦਾਂ ਉਹਨੂੰ ਸਹੀ ਰੱਖਣਾ, ਅਤੇ ਤੁਸੀਂ ਘਰੇ ਤੁਸੀਂ ਆਪ ਦਵਾਈਆਂ ਤਿਆਰ ਕਰਕੇ ਸ਼ੁਕਰਾਣੂਆਂ ਦੀ ਕਮੀ ਕਿੱਦਾਂ ਦੂਰ ਕਰ ਸਕਦੇ ਹਾਂ, ਜਾਂ ਔਰਤਾਂ ਦੇ ਵਿੱਚ ਨਵੀਆਂ ਵਿਆਹੀਆਂ ਕੁੜੀਆਂ ਦੇ ਵਿੱਚ ਜਿਹੜੀ ਹੈਗੀ ਅੱਜ ਕੱਲ੍ਹ ਬਾਂਝਪਣ ਦੀ ਸਮੱਸਿਆ ਬਹੁਤ ਜ਼ਿਆਦਾ ਪੈਦਾ ਹੋ ਰਹੀ ਹੈ, ਉਹਨਾਂ ਵਾਸਤੇ ਹੱਲ ਦੱਸਾਂਗੇ ਵੀ ਕਿੱਦਾਂ ਕੀ ਹੈਗਾ, ਇਹਦੀ ਰੋਕਥਾਮ ਕਿਵੇਂ ਕਰਨੀ ਹੈ, ਤੋਂ ਕਿੱਦਾਂ ਬਚਿਆ ਜਾਵੇ। ਜਿਵੇਂ ਔਰਤਾਂ ਦੇ ਵਿੱਚ ਹੈਗੀ ਬਾਂਝਪਣ ਦੀ ਸਮੱਸਿਆ, ਉਹਦੇ ਵਿੱਚ ਕਹਿ ਲਓ ਵੀ ਉਹਨਾਂ ਦੇ ਕਈ ਵਾਰੀ ਟਿਊਬ ਬਲੌਕ ਹੋ ਜਾਂਦੀਆਂ ਨੇ, ਜਾਂ ਅੰਡੇਦਾਨੀ ਦੇ ਵਿੱਚ ਪਾਣੀ ਦੀਆਂ ਗੱਠਾਂ ਬਣ ਜਾਂਦੀਆਂ ਨੇ, ਜਾਂ ਬੱਚੇਦਾਨੀ ਦੇ ਵਿੱਚ ਰਸੌਲੀਆਂ ਫਾਈਬਰਾਇਡਸ ਕਹਿ ਲਓ ਜਾਂ ਮਾਸ ਦੀਆਂ ਗੱਠਾਂ ਸਿਸਟ ਜ਼ਿਆਦਾ ਬਣ ਜਾਂਦੀਆਂ ਨੇ, ਉਹਦੇ ਕਰਕੇ ਕਿਤੇ ਨਾ ਕਿਤੇ ਜਿਹੜਾ ਹੈਗਾ ਕੰਸੀਵ ਹੋਣ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਅੱਜ ਕੱਲ੍ਹ ਜ਼ਿਆਦਾਤਰ ਕੀ ਦੇਖਿਆ ਜਾਂਦਾ ਵੀ ਜਿੰਨਾ ਵੀ ਮੰਨ ਲਓ ਵੀ ਕਿਸੇ ਜੋੜੇ ਦਾ ਵਿਆਹ ਨੂੰ ਸਾਲ ਦੋ ਸਾਲ ਤਿੰਨ ਸਾਲ ਹੋ ਗਏ, ਤਾਂ ਉੱਥੇ ਜ਼ਿਆਦਾਤਰ ਡਾਕਟਰਾਂ ਵੱਲੋਂ ਵੀ ਜ਼ਿਆਦਾਤਰ ਦਵਾਈਆਂ ਜ਼ਿਆਦਾਤਰ ਐਕਸਪੈਰੀਮੈਂਟ ਇੱਕ ਲੇਡੀਜ਼ ਦੇ ਉੱਤੇ ਕੀਤੇ ਜਾਂਦੇ ਨੇ, ਜਦਕਿ ਸਾਨੂੰ ਨਾਲੋਂ ਨਾਲ ਉਹਦੇ ਹਸਬੈਂਡ ਦੇ ਉਹਦੇ ਪਾਰਟਨਰ ਦੇ ਵੀ ਟੈਸਟ ਕਰਵਾਉਣੇ ਜ਼ਰੂਰੀ ਬਣਦੇ ਆ, ਜਿਨ੍ਹਾਂ ਦੇ ਵਿੱਚ ਕਹਿ ਲਓ ਬਹੁਤ ਤਰ੍ਹਾਂ ਦੇ ਜੋੜੇ ਇੱਦਾਂ ਦੇ ਹੁੰਦੇ ਆ। ਕੁੜੀਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਹੁੰਦੀ, ਸਿਰਫ ਅਸੀਂ ਉਹਨਾਂ ਨੂੰ ਇਹ ਦਵਾਈਆਂ ਖਵਾਈ ਜਾਂਦੇ ਹਾਂ। ਜ਼ਿਆਦਾਤਰ ਕਮੀ ਅੱਜ ਕੱਲ੍ਹ ਜ਼ਿਆਦਾ ਮੁੰਡਿਆਂ ਦੇ ਵਿੱਚ ਹੁੰਦੀ ਹੈ, ਸ਼ੁਕਰਾਣਾਵਾਂ ਦੀ ਕਮੀ ਆ ਜਾਂਦੀ ਹੈ, ਉਹਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ, ਅਤੇ ਦਵਾਈਆਂ ਸਿਰਫ ਅਸੀਂ ਇੱਕ ਕੁੜੀ ਨੂੰ ਹੀ ਖਵਾਈ ਜਾਂਦੇ ਹਾਂ, ਜਿਹਦੇ ਕਰਕੇ ਅੱਗੇ ਜਾ ਕੇ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ। ਜਿਵੇਂ ਨੌਜਵਾਨਾਂ ਦੇ ਵਿੱਚ ਵੀ ਬਹੁਤ ਇੱਦਾਂ ਦੀਆਂ ਸਮੱਸਿਆਵਾਂ ਆਉਂਦੀਆਂ ਵੀ ਖਾਦ ਖੁਰਾਕ ਨਹੀਂ ਸਹੀ ਹੈਗੀ, ਨਸ਼ੇ ਹੋ ਗਏ, ਜਾਂ ਦਿਮਾਗ 'ਤੇ ਘਰੇਲੂ ਹਾਲਤ ਕਰਕੇ ਡਿਪਰੈਸ਼ਨ ਦਾ ਜਿਹੜਾ ਹੈਗਾ ਅੱਜ ਕੱਲ੍ਹ ਸਿਸਟਮ ਬਹੁਤ ਜ਼ਿਆਦਾ ਚੱਲਿਆ ਹੋਇਆ, ਉਹਦੇ ਕਰਕੇ ਵੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ। ਨੌਜਵਾਨਾਂ ਨੂੰ ਡੇਲੀ ਸਵੇਰੇ ਉੱਠ ਕੇ ਕਸਰਤ ਕਰਨੀ ਚਾਹੀਦੀ ਹੈ, ਸਲਾਦ ਸਬਜ਼ੀਆਂ ਹਰੀਆਂ ਸਬਜ਼ੀਆਂ ਦਾ ਜ਼ਿਆਦਾ ਸੇਵਨ ਕਰਨਾ ਚਾਹੀਦਾ, ਅਤੇ ਖਾਲੀ ਪੇਟ ਇੱਕ ਡੇਲੀ ਲੌਂਗ ਜਿਹੜਾ ਹੈਗਾ ਵਧੀਆ ਕੁਆਲਿਟੀ ਦਾ ਲੌਂਗ ਵਧੀਆ ਇੱਕ ਡੇਲੀ ਲੌਂਗ ਸਵੇਰੇ ਚਬਾਉਣਾ ਖਾਲੀ ਪੇਟ, ਅਤੇ ਇੱਕ ਗਲਾਸ ਪਾਣੀ ਦਾ ਪੀਣਾ ਉੱਤੋਂ, ਅਤੇ ਬਾਜ਼ਾਰ ਦੇ ਵਿੱਚੋਂ ਕੌਂਚ ਬੀਜ ਮਿਲਣਗੇ ਪੰਸਾਰੀ ਨੂੰ, ਉਹਨੂੰ ਤੁਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਕੇ ਦੁੱਧ ਦੇ ਵਿੱਚ ਭਿਉਂ ਦੇਣੇ ਆ ਰਾਤ ਨੂੰ, ਦੂਜੇ ਦਿਨ ਉਹਨੂੰ ਕੱਢ ਕੇ ਦੁੱਧ ਬਦਲ ਦੇਣਾ, ਅਤੇ ਅਗਲੇ ਦਿਨ ਵਾਸਤੇ ਫਿਰ ਉਹਨੂੰ ਦੁੱਧ ਦੇ ਵਿੱਚ ਭਿਉਂ ਦੇਣਾ, ਅਤੇ ਤੀਜੇ ਦਿਨ ਉਹਨੂੰ ਚੰਗੀ ਤਰ੍ਹਾਂ ਧੋ ਕੇ ਉਹਦੇ ਉੱਤੋਂ ਹਾੜ ਜਿਹੜਾ ਛਿਲਕਾ ਹੁੰਦਾ ਉਹ ਉਤਾਰ ਕੇ ਰੱਖ ਲੈਣਾ, ਫਿਰ ਉਹਨੂੰ ਅੰਦਰ ਰੱਖ ਕੇ ਜਿਹੜੀਆਂ ਗਿਰੀਆਂ ਉਹਨੂੰ ਸੁਕਾਉਣਾ, ਅੰਦਰ ਰੱਖ ਕੇ ਗਿਰੀਆਂ ਨੂੰ ਸੁਕਾਉਣ ਤੋਂ ਬਾਅਦ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਇੱਕ ਤੁਸੀਂ ਇਮਾਮ ਦਸਤੇ ਦੇ ਵਿੱਚ ਕੁੱਟ ਕੇ ਉਹਦਾ ਪਾਊਡਰ ਬਣਾਓ, ਇੱਕ ਚਮਚ ਸਵੇਰੇ ਦੁੱਧ ਨਾਲ ਇੱਕ ਸ਼ਾਮ ਨੂੰ ਦੁੱਧ ਨਾਲ ਲਵੋ, ਅਤੇ ਲਗਭਗ ਇੱਕ ਡੇਢ ਮਹੀਨੇ ਦੇ ਵਿੱਚ ਬਹੁਤ ਹੀ ਵਧੀਆ ਚੰਗੇ ਨਤੀਜੇ ਵਧੀਆ ਰਿਜ਼ਲਟ ਮਿਲਣਗੇ। ਕੁੜੀਆਂ ਦੇ ਵਿੱਚ ਜਿਹੜੀ ਇਨਫਰਟੀਲਿਟੀ ਆ ਉਹਦੇ ਵਿੱਚ ਸ਼ਤਾਵਰੀ ਚੂਰਨ ਮਿਲ ਜਾਵੇਗਾ ਜਾਂ ਬਾਜ਼ਾਰ ਦੇ ਵਿੱਚੋਂ, ਜਾਂ ਤੁਸੀਂ ਵਧੀਆ ਕੁਆਲਿਟੀ ਦਾ ਸ਼ਤਾਵਰ ਪੰਸਾਰੀ ਦੀ ਦੁਕਾਨ ਤੋਂ ਲੈ ਕੇ ਉਹਨੂੰ ਚੰਗੀ ਤਰ੍ਹਾਂ ਗ੍ਰਾਇੰਡ ਕਰਕੇ ਇੱਕ ਚਮਚ ਸਵੇਰੇ ਦੁੱਧ ਨਾਲ ਇੱਕ ਸ਼ਾਮ ਨੂੰ ਲਓ, ਅਤੇ ਇੱਕ ਕਲੌਂਜੀ ਮਿਲੂਗੀ ਤੁਹਾਨੂੰ ਪੰਸਾਰੀ ਦੀ, ਉਹ ਮਿਲ ਜਾਏਗੀ ਕਲੌਂਜੀ, ਇੱਕ ਚਮਚ ਦਾ ਚੌਥਾ ਹਿੱਸਾ ਉਹਦਾ ਪਾਊਡਰ ਬਣਾ ਕੇ ਸਵੇਰੇ ਪਾਣੀ ਦੇ ਨਾਲ, ਅਤੇ ਇੱਕ ਚਮਚ ਦਾ ਚੌਥਾ ਹਿੱਸਾ ਪਾਊਡਰ ਬਣਾ ਕੇ ਉਹਦਾ ਸ਼ਾਮ ਨੂੰ ਪਾਣੀ ਦੇ ਨਾਲ ਦੇਣਾ, ਖਾਣਾ ਖਾਣ ਤੋਂ ਇੱਕ ਘੰਟਾ ਪਹਿਲਾਂ ਜਾਂ ਇੱਕ ਘੰਟਾ ਬਾਅਦ ਦੇ ਵਿੱਚ। ਤੁਹਾਨੂੰ ਡਾਕਟਰਾਂ ਤੋਂ ਬਿਨਾਂ ਹੀ ਬਿਨਾਂ ਆਪਣੇ ਪੈਸੇ ਖਰਚ ਕੀਤੇ, ਬਿਨਾਂ ਤੁਸੀਂ ਆਪਣਾ ਟਾਈਮ ਖਰਾਬ ਕੀਤੇ, ਬਿਨਾਂ ਪਰੇਸ਼ਾਨ ਹੋਏ ਤੁਸੀਂ ਇੱਕ ਘਰੇਲੂ ਇਲਾਜ ਕਰ ਸਕਦੇ ਹਾਂ, ਜਿਹਦੇ ਤੁਸੀਂ ਇਹ ਕਹਿ ਲਓ ਵੀ 100 ਦੇ ਵਿੱਚੋਂ 90% ਜਿਹੜੇ ਸਾਬਤ ਸਹੀ ਨਤੀਜੇ ਸਾਬਤ ਹੁੰਦੇ ਨੇ ਇੱਕ ਘਰੇਲੂ ਬਹੁਤ ਹੀ ਸਸਤੀ ਚੀਜ਼ਾਂ ਦੇ ਨਾਲ। ਬਾਕੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਜਿਹੜੀ ਹੈਗੀ ਹੈ ਤੁਸੀਂ ਕੁੜੀਆਂ ਨੂੰ ਬੈਠ ਕੇ ਪੋਚਾ ਲਾਉਣਾ ਜ਼ਿਆਦਾ ਵਧੀਆ, ਕਿਉਂਕਿ ਉਹਦੇ ਨਾਲ ਯੂਟਰਸ ਦੇ ਮਸਲ ਜਿਹੜੇ ਹੈਗੇ ਆ ਬਹੁਤ ਖੁੱਲ੍ਹਦੇ ਹੈ, ਜਿਹਦੇ ਨਾਲ ਫਾਈਬਰਾਇਡ ਸਿਸਟ ਜਾਂ ਫੋਲੀਕਲਸ ਹੈਗੇ ਆ ਜਿਹੜੇ ਬਣਨ ਦੇ ਚਾਂਸ ਬਹੁਤ ਜ਼ਿਆਦਾ ਘੱਟ ਜਾਂਦੇ ਆ, ਕਿਉਂਕਿ ਅਸੀਂ ਅੱਜ ਕੱਲ੍ਹ ਕਸਰਤ ਕਰਕੇ ਪਸੀਨਾ ਕੱਢਣਾ ਬੰਦ ਕਰਤਾ,
ਉਹਦੇ ਕਾਰਨ ਇੱਦਾਂ ਦੇ ਜਿਹੜੇ ਹੈਗੇ ਆ ਅੰਦਰ ਗੰਦਗੀ ਇਕੱਠੀ ਹੋ ਕੇ ਹੀ ਇੱਦਾਂ ਦੀਆਂ ਸਮੱਸਿਆਵਾਂ ਲੇਡੀਜ਼ ਦੇ ਵਿੱਚ ਆਉਂਦੀਆਂ ਨੇ। ਅਤੇ ਬਾਹਰਲੇ ਜਿੰਨੇ ਵੀ ਜੰਕ ਫੂਡ ਨੇ, ਫਾਸਟ ਫੂਡ ਨੇ, ਜਿੰਨੇ ਵੀ ਤੇਲਾਂ ਵਾਲੇ ਖਾਣੇ ਨੇ, ਤਲੇ ਹੋਏ ਜਾਂ ਘਰ ਦੇ ਆ ਜਾਂ ਬਾਹਰਲੇ, ਉਹ ਸਾਨੂੰ ਬਿਲਕੁਲ ਬੰਦ ਕਰਨੇ ਪੈਣਗੇ। ਅਤੇ ਇੱਕ ਜਿਹੜਾ ਆਪਣਾ ਤੁਹਾਡਾ ਮਾਇੰਡ ਹੈਗਾ ਉਹ ਬਹੁਤ ਫਰੀ ਰੱਖੋ, ਉਹਦੇ ਵਿੱਚ ਸਟ੍ਰੈਸ ਲੈਵਲ ਜਿਹੜਾ ਹੈਗਾ ਬਹੁਤ ਉਹਨੂੰ ਖਤਮ ਕਰੋ, ਉਹਦੇ ਲਈ ਮੈਡੀਟੇਸ਼ਨ ਕਰੋ, ਨੈਚਰ ਦੇ ਜਿਹੜਾ ਨਾਲ ਹੈ ਤੁਸੀਂ ਉਹ ਵਲੀਨ ਹੋ ਕੇ ਉਹਦੇ ਵਿੱਚ ਰਲ ਕੇ ਰਹੋ, ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਿਆਦਾ ਆਨੰਦ ਮਾਣ ਸਕਦੇ ਹੋ। ਅਤੇ ਜਿਹੜਾ ਤੁਹਾਨੂੰ ਬੇਔਲਾਦ ਦਾ ਦੁੱਖ ਹੈ ਉਹਦਾ ਸਾਹਮਣਾ ਨਹੀਂ ਕਰਨਾ ਪਊਗਾ। ਉਮੀਦ ਹੈ ਤੁਹਾਨੂੰ ਤੁਸੀਂ ਇਹ ਸਾਡੇ ਫਾਰਮੂਲੇ ਆਪਣੀ ਜ਼ਿੰਦਗੀ 'ਚ ਆਪਣੇ ਸਰੀਰ 'ਤੇ ਅਪਣਾਓਗੇ ਅਤੇ ਲਾਭ ਉਠਾਓਗੇ। ਧੰਨਵਾਦ।